ਹਲਕਾ ਮਜੀਠਾ ਦੇ ਪਿੰਡ ਛੋਟੇ ਕਾਦਰਾਬਾਦ ਵਿੱਚ ਲਗਾਤਾਰ ਮੀਂਹ ਪੈਣ ਨਾਲ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪਈ। ਪਰਿਵਾਰ ਵਾਲ ਵਾਲ ਬਚਿਆ। ਪੰਜਾਬ ਸਰਕਾਰ ਤੋਂ ਗਰੀਬ ਪਰਿਵਾਰ ਨੇ ਲਾਈ ਮਦਦ ਦੀ ਗੁਹਾਰ। ਪੀੜਿਤ ਬਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਪਰਿਵਾਰ ਸਮੇਤ ਕੱਲ੍ਹ ਰਾਤ ਵੀ ਆਪਣੇ ਕਮਰੇ ਵਿੱਚ ਸੌ ਰਹੇ ਸਨ ਤਾਂ ਕੁਛ ਆਵਾਜ਼ ਸੁਣਾਈ ਦਿੱਤੀ। ਜਦੋਂ ਦੇਖਿਆ ਤਾਂ ਛੱਤ ਦੇ ਗਾਡਰ ਵਿੰਗੇ ਹੋ ਰਹੇ ਨੇ। ਅਸੀਂ ਪਰਿਵਾਰ ਸਮੇਤ ਬਾਹਰ ਨਿਕਲੇ ਤਾਂ ਇੰਨੇ ਨੂੰ ਸਾਰੀ ਛੱਤ ਡਿੱਗ ਪਈ। ਸਾਡੇ ਕੋਲ ਦੁਬਾਰਾ ਛੱਤ ਪਾਉਣ ਲਈ ਪੈਸੇ ਹੈ ਨਹੀਂ, ਸਰਕਾਰ ਸਾਡੀ ਮਦਦ ਕਰੇ। ਰਾਜਾ ਕੋਟਲੀ ਦੀ ਖਾਸ ਰਿਪੋਰਟ, ਇੰਡੀਆ ਕ੍ਰਾਈਮ ਨਿਊਜ਼। ਹਾਂਜੀ, ਕੀ ਨਾਂ ਤੁਹਾਡਾ? ਬਲਵਿੰਦਰ ਕੌਰ। ਕੀ ਗੱਲ ਹੋਈ ਜੀ? ਕੋਠਾ ਡਿੱਗ ਪਿਆ, ਬਹੁਤ ਗਰੀਬੀ ਤੇ ਬਣਿਆ ਨੀ ਕੋਠਾ ਤੇ ਇਸ ਕਰਕੇ ਨਹੀਂ ਬਣ ਸਕਿਆ ਸਾਡੇ ਕੋਲ ਤੇ ਮੀਂਹ ਦੇ ਵਿੱਚ ਸਮਾਨ ਬਹੁਤ ਸਾਡਾ ਖਰਾਬ ਹੋਇਆ ਏ। ਇਸ ਕਰਕੇ ਸਾਡੀ ਮੰਗ ਇਹ ਹੋ ਵੀ ਸਾਡਾ ਕੋਠੇ ਜ਼ਰੂਰ ਪਾਇਆ ਜਾਵੇ। ਕੀ ਨਾਂ? ਨਾਂ ਮੇਰਾ ਨਾਂ ਹਰਬੰਸ ਸਿੰਘ ਹੈ ਜੀ। ਕੀ ਗੱਲ ਹੋਈ ਜੀ ਅੱਜ? ਜੀ ਰਾਤ ਮਣ ਵੀ ਮੀਂਹ ਮਾਂ ਪੈਂਦਾ ਰਿਹਾ ਤੇ ਵਿਚਾਰੇ ਗਰੀਬ ਅੰਦਰ ਹੈ ਇਹਦੀ ਬੱਚੇ ਛੋਟੇ ਛੋਟੇ ਬੱਚੇ ਦੀ ਨਾਲ ਇਹਨਾਂ ਦੇ ਤੇ ਭਰਾ ਮੇਰਾ ਬਲਵਿੰਦਰ ਜੋ ਬਹੁਤ ਜ਼ਿਆਦਾ ਗਰੀਬ ਆ ਤੇ ਉਹਨਾਂ ਦਾ ਕਮਰਾ ਥੱਲੇ ਡਿੱਗ ਪਿਆ ਆ। ਇਹਦੇ ਵਿੱਚ ਕੋਈ ਨੁਕਸਾਨ ਤਾਂ ਨਹੀਂ ਹੋਇਆ? ਹਾਂਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ। ਦਾਣੇ ਵਾਲੇ ਡਰੰਮ ਸਾਈਕਲ ਜੋ ਵੀ ਅੰਦਰ ਸਮਾਨ ਦੀ ਨਿੱਕਾ ਮੋਟਾ ਸਭ ਥੱਲੇ ਆ ਗਿਆ। ਹੋਰ ਕੋਈ ਜਾਨੀ ਨੁਕਸਾਨ ਨਹੀਂ? ਜੋ ਵੀ ਸਭ ਕੁਝ ਥੱਲੇ ਆ ਗਿਆ, ਬੱਚੇ ਮੜੇ ਜੋਰ ਨਾਲ ਬਚੇ ਆ ਤੇ ਇਹ ਸਾਡੀ ਗਰੀਬਾਂ ਦੀ ਮਦਦ ਕੀਤੀ। ਇਸ ਟਾਈਮ ਬੱਚੇ ਕਿੱਥੇ ਰਹਿਣ ਦੇ ਆ? ਬੱਚੇ ਇਸ ਵਕਤ ਸਾਡੇ ਜੀ ਬਾਹਰ ਤੰਬੂ ਲਾ ਕੇ ਬਾਹਰ ਵੀ ਲੰਮੇ ਪਏ ਆ, ਬੈਠੇ ਹੋਏ ਆ। ਠੀਕ ਠੀਕ ਹੈ। ਹਾਂਜੀ ਸਾਡੀ ਮਦਦ ਕੀਤੀ ਜਾਏ, ਮਾਲੀ ਮਦਦ ਕੀਤੀ ਜਾਏ ਸਾਡੀ ਜੀ ਗਰੀਬਾਂ ਦੀ। ਸਰਕਾਰੀ ਅਧਿਕਾਰੀ ਕੋਈ ਤੁਹਾਡੇ ਕੋਲ ਅਪਰੋਚ ਕੀਤੀ ਆਇਆ ਕੋਈ? ਜੀ ਨਹੀਂ ਜੀ, ਕੋਈ ਆਇਆ ਹੀ ਨਹੀਂ ਜੀ। इंडिया क्राइम न्यूज़ जुल्म के